نحمد و نصلي على رسول الله الكريم اما بعد اعوذ بالله من الشيطان الرجيم بسم الله الرحمن الرحيم لا اله الا الله محمد رسول الله قرة عيني بك يا رسول الله صلى الله عليه واله وسلم قابل سعادت رام عزیز طلباء دی اللہ پیتھی قران تھراپی تے بے محمد صلی اللہ علیہ وسلم دے روحانی علاج دے سلسلے دے نشست وچ میدے انتاں جو فاصل مادے ਕੱਢਣ ਦਾ ਇਲਾਜ ਦੱਸਨੇ ਆ ਸੌਂਫ 25 ਗ੍ਰਾਮ ਜ਼ੀਰਾ ਸਫੇਦ 15 ਗ੍ਰਾਮ ਦੇਸੀ ਅਜਵਾਇਣ 5 ਗ੍ਰਾਮ ਸਬਜ਼ ਇਲਾਚੀਆਂ 15 ਅਦਦ ਇਹ ਸਾਰੀਆਂ ਕੁੱਟ ਕੇ ਦਾ ਪਾਊਡਰ ਬਣਾ ਲਓ 1 ਚਮਚ ਸਫੂਫ ਦਾ 1 ਕੱਪ ਕਾਵਾ ਬਣਾ ਕੇ ਉਹਦੇ ਵਿੱਚ 1 ਚਮਚ ਸ਼ਹਿਦ ਅੱਧਾ ਚਮਚ ਲੀਮੂ ਦਾ ਰਸ ਪਾ ਮਿਲਾ ਕੇ ਸਵੇਰ ਦੁਪਹਿਰ ਸ਼ਾਮ ਤਾ ਸ਼ਫਾ ਪੀਂਦੇ ਰਹੋ ਇਨਸ਼ਾਅੱਲਾ ਅੰਦਰੋਂ ਸਾਰੇ ਫਸਲ ਮਾਦੇ ਨਿਕਲ ਜਾਣਗੇ ਤੇ ਅੱਲਾ ਸੋਹਣ ਦੀ ਬਾਰਗਾ ਦਿਲ ਦੀ ਗਹਿਰਾਈਆਂ ਦੁਆ ਕਰ ਅੱਲਾ ਸੋਹਣਿਆ ਆਪਣੇ ਪਿਆਰੇ ਹਬੀਬ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਦਾ ਬਿਲਾ ਇਮਤਿਆਜ਼ ਤਮਾਮ ਜਿੰਨਾ ਇਨਸਾਨਾਂ ਜਾਨਵਰਾਂ ਨੂੰ ਸ਼ਿਫਾਏ ਕਾਮਲਾ ਅਜਲਾ ਅਤਾ ਫਰਮਾ ਅੱਲਾਹੁ ਅਕਬਰ ਕਬੀਰ ਵਮਾ ਅਲੈਨਾ ਇਲਲ ਬਲਾਗੁਲ ਮਬੀ